ਅੱਜ ਮੈਂ ਆਪ ਜੀ ਦੇ ਸਾਹਮਣੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਨ ਸਿੱਖ ਭਾਈ ਲਾਲੋ ਦੀ ਕਵਿਤਾ ਸੁਣਾਉਣ ਜਾ ਰਿਹਾ ਹਾਂ। ਸੈਦਪੁਰ ਦੇ ਵਿੱਚ ਸੀ ਜਨਮ ਹੋਇਆ, ਸੈਦਪੁਰ ਦੇ ਵਿੱਚ ਸੀ ਜਨਮ ਹੋਇਆ, ਜਗਤ ਰਾਮ ਦਾ ਸੋਹਣਾ ਸੀ ਲਾਲ ਲਾਲੋ, ਪਿਤਾ ਨਾਲ ਸੀ ਕਿਰਤ ਕਮਾਈ ਕਰਦਾ, ਛੋਟੀ ਉਮਰ ਦਾ ਜਦੋਂ ਸੀ ਬਾਲ ਲਾਲੋ, ਆਏ ਗਏ ਦੀ ਪਿਤਾ ਨਾਲ ਕਰੇ ਸੇਵਾ, ਲੰਗਰ ਛਕਾਉਂਦਾ ਤੇ ਹੁੰਦਾ ਨਿਹਾਲ ਲਾਲੋ, ਹੱਥੀ ਕੰਮ ਦੇ ਵਿੱਚ ਪਰਪੱਕ ਹੋਇਆ, ਕਰਦਾ ਕੰਮ ਸੀ ਬੇਮਿਸਾਲ ਲਾਲੋ, ਹੱਥੀ ਕੰਮ ਦੇ ਵਿੱਚ ਪਰਪੱਕ ਹੋਇਆ, ਕਰਦਾ ਕੰਮ ਸੀ ਬੇਮਿਸਾਲ ਲਾਲੋ, ਤੋ ਸੈਦਪੁਰ ਵਿੱਚ ਪਹੁੰਚ ਕੇ ਗੁਰੂ ਨਾਨਕ, ਸੈਦਪੁਰ ਵਿੱਚ ਪਹੁੰਚ ਕੇ ਗੁਰੂ ਨਾਨਕ ਚਰਨ ਇਸੇ ਦੀ ਕੁੱਲੀ ਵਿੱਚ ਪਾਏ ਸਤਿਗੁਰ, ਭਾਈ ਲਾਲੋ ਦੇ ਪ੍ਰੇਮ ਦੇ ਵਿੱਚ ਭਿੱਜੇ, ਰੁੱਖੀ ਮਿੱਸੀ ਬਸ ਉੱਥੇ ਹੀ ਖਾਏ ਸਤਿਗੁਰ, ਮਲਕ ਭਾਗੋ ਸੀ ਰਹਿੰਦਾ ਉਸੇ ਕਸਬੇ, ਤੇ ਭੋਜਨ ਛਕਣ ਦੇ ਲਈ ਬੁਲਾਏ ਸਤਿਗੁਰ, ਕੀਤਾ ਗੁਰਾਂ ਨੇ ਐਪਰ ਅਨਕਾਰ ਅੱਗੋਂ, 36 ਤਰ੍ਹਾਂ ਦੇ ਭੋਜਨ ਠੁਕਰਾਏ ਸਤਿਗੁਰ, ਕੀਤਾ ਗੁਰਾਂ ਨੇ ਐਪਰ ਇਨਕਾਰ ਅੱਗੋਂ, 36 ਤਰ੍ਹਾਂ ਦੇ ਭੋਜਨ ਠੁਕਰਾਏ ਸਤਿਗੁਰ, ਗੁਰਾਂ ਕਿਹਾ ਕਿ ਲਾਲੋ ਦੀ ਕਿਰਤ ਸੁੱਚੀ, ਗੁਰਾਂ ਕਿਹਾ ਕਿ ਲਾਲੋ ਦੀ ਕਿਰਤ ਸੁੱਚੀ, ਰੁੱਖੀ ਮਿੱਸੀ ਹਾਂ ਇਸੇ ਦੀ ਖਾ ਸਕਦਾ, ਰਸ ਆਉਂਦਾ ਏ ਜਿੱਦਾਂ ਕੁਦਰੇ ਚੋਂ, ਤੇਰੇ ਭੋਜਨ ਚੋਂ ਓਦਾਂ ਨਹੀਂ ਆ ਸਕਦਾ, ਰਸ ਆਉਂਦਾ ਏ ਜਿੱਦਾਂ ਕੁਦਰੇ ਚੋਂ, ਤੇਰੇ ਭੋਜਨ ਚੋਂ ਓਦਾਂ ਨਹੀਂ ਆ ਸਕਦਾ, ਇਹਨਾਂ ਵਿੱਚੋਂ ਗਰੀਬਾਂ ਦਾ ਖੂਨ ਟਪਕੇ, ਇਹਨਾਂ ਵਿੱਚੋਂ ਗਰੀਬਾਂ ਦਾ ਖੂਨ ਟਪਕੇ, ਕਿਵੇਂ ਇਹਨਾਂ ਨੂੰ ਅੰਦਰ ਲੰਘਾ ਸਕਦਾ, ਵੱਡੀ ਖੋਰੀ ਤੇ ਲਾਲਚ ਜੇ ਬੰਦ ਕਰ ਦੇ, ਫੇਰ ਤੇਰਾ ਵੀ ਭੋਜਨ ਹਾਂ ਖਾ ਸਕਦਾ, ਵੱਡੀ ਖੋਰੀ ਤੇ ਲਾਲਚ ਜੇ ਬੰਦ ਕਰ ਦੇ, ਫੇਰ ਤੇਰਾ ਵੀ ਭੋਜਨ ਹਾਂ ਖਾ ਸਕਦਾ, ਤੋ ਡਿੱਗ ਪਿਆ ਸੀ ਚਰਨਾਂ ਵਿੱਚ ਪਾਤਸ਼ਾਹ ਦੇ, ਡਿੱਗ ਪਿਆ ਸੀ ਚਰਨਾਂ ਵਿੱਚ ਪਾਤਸ਼ਾਹ ਦੇ, ਆਪਣਾ ਸਿਰ ਨਿਵਾਇਆ ਸੀ ਮਲਕ ਭਾਗੋ, ਹੰਕਾਰੀ ਬਿਰਤੀ ਸੀ ਚੱਕਣਾ ਚੂਰ ਹੋ ਗਈ, ਵਿੱਚ ਨਿਮਰਤਾ ਆਇਆ ਸੀ ਮਲਕ ਭਾਗੋ, ਗੁਰੂ ਸਾਹਿਬ ਜੋ ਪਾਵਨ ਉਪਦੇਸ਼ ਦਿੱਤਾ ਆ ਹਿਰਦੇ ਵਿੱਚ ਵਸਾਇਆ ਸੀ ਮਲਕ ਭਾਗੋ, ਸੁਰਤੀ ਬਿਰਤੀ ਜਦ ਪਾਕ ਪਵਿੱਤ ਹੋ ਗਈ, ਗੁਰਾਂ ਸੀਨੇ ਨਾਲ ਲਾਇਆ ਸੀ ਮਲਕ ਭਾਗੋ, ਸੁਰਤੀ ਬਿਰਤੀ ਜਦ ਪਾਕ ਪਵਿੱਤ ਹੋ ਗਈ, ਗੁਰਾਂ ਸੀਨੇ ਨਾਲ ਲਾਇਆ ਸੀ ਮਲਕ ਭਾਗੋ, ਤੇ ਆਓ ਫਿਰ ਤੱਕੀਏ ਸਿਦਕੀ ਸਿੱਖ ਲਾਲੋ,
ਆਓ ਤੱਕੀਏ ਫਿਰ ਸਿਦਕੀ ਸਿੱਖ ਲਾਲੋ, ਸੇਵਾ ਸਿਮਰਨ ਚ ਸਮਾਂ ਬਿਤਾ ਰਿਹਾ ਸੀ, ਗੁਰੂ ਸਾਹਿਬ ਦੇ ਦਰਸ਼ਨ ਲਈ ਜੋ ਆਉਂਦੇ ਉਹਨਾਂ ਤਾਈ ਉਹ ਲੰਗਰ ਛਕਾ ਰਿਹਾ ਸੀ, ਗੁਰੂ ਸਾਹਿਬ ਦੇ ਦਰਸ਼ਨ ਲਈ ਜੋ ਆਉਂਦੇ ਉਹਨਾਂ ਤਾਈ ਉਹ ਲੰਗਰ ਛਕਾ ਰਿਹਾ ਸੀ। ਭਾਈ ਲਾਲੋ ਦੇ ਭਾਗ ਸਨ ਬਹੁਤ ਵੱਡੇ, ਤੇ ਰੂਹ ਨਾਲ ਉਹ ਸੇਵਾ ਕਮਾ ਰਿਹਾ ਸੀ, ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਰਹਿ ਕੇ ਸੱਚੇ ਸੇਵਕ ਦਾ ਫਰਜ਼ ਨਿਭਾ ਰਿਹਾ ਸੀ। ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਰਹਿ ਕੇ ਸੱਚੇ ਸੇਵਕ ਦਾ ਫਰਜ਼ ਨਿਭਾ ਰਿਹਾ ਸੀ। ਤੇ ਗੁਰਬਾਣੀ ਵਿੱਚ ਦਰਜ ਇੱਕ ਸ਼ਬਦ ਅੰਦਰ, ਗੁਰਬਾਣੀ ਵਿੱਚ ਦਰਜ ਇੱਕ ਸ਼ਬਦ ਅੰਦਰ ਬਾਤਾਂ ਸਮੇਂ ਦੀਆਂ ਪਾਈਆਂ ਸੀ। ਪਾਤਸ਼ਾਹ ਨੇ ਭਾਈ ਲਾਲੋ ਨੂੰ ਮੁਖਾਤਬ ਹੋ ਕੇ ਤੇ ਚੋਟਾਂ ਬਾਬਰ ਤੇ ਲਾਈਆਂ ਸੀ। ਪਾਤਸ਼ਾਹ ਨੇ ਉਹਦੀ ਫੌਜ ਨੂੰ ਪਾਪ ਦੀ ਜੰਝ ਕਹਿ ਕੇ ਖੂਬ ਧਜੀਆਂ ਉਡਾਈਆਂ ਸੀ ਪਾਤਸ਼ਾਹ ਨੇ, ਤੇ ਗੁਰਾ ਬਾਬਰ ਨੂੰ ਮੂੰਹ ਤੇ ਕਹਿ ਜਾਬਰ ਖਰੀਆਂ ਖਰੀਆਂ ਸੁਣਾਈਆਂ ਸੀ ਪਾਤਸ਼ਾਹ ਨੇ। ਗੁਰਾ ਬਾਬਰ ਨੂੰ ਮੂੰਹ ਤੇ ਕਹਿ ਜਾਬਰ ਖਰੀਆਂ ਖਰੀਆਂ ਸੁਣਾਈਆਂ ਸੀ ਪਾਤਸ਼ਾਹ ਨੇ, ਤੇ ਭਾਈ ਲਾਲੋ ਦੇ ਘਰ ਵਿੱਚ ਰਹਿ ਕੇ ਤੇ ਸਭ ਨੂੰ ਇੱਕ ਦੇ ਲੜ ਸੀ ਲਾ ਦਿੱਤਾ, ਹੱਕ ਪਰਾਇਆ ਤਾਂ ਗਊ ਤੇ ਸੂਰ ਹੁੰਦਾ ਕਰਕੇ ਜਾਚਕ ਪ੍ਰਤੱਖ ਵਿਖਾ ਦਿੱਤਾ, ਹੱਕ ਪਰਾਇਆ ਤਾਂ ਗਊ ਤੇ ਸੂਰ ਹੁੰਦਾ ਕਰਕੇ ਜਾਚਕ ਪ੍ਰਤੱਖ ਵਿਖਾ ਦਿੱਤਾ। ਇੱਕੋ ਰੱਬ ਦੇ ਭੇਜੇ ਨੇ ਜੀਵ ਸਾਰੇ, ਇੱਕੋ ਰੱਬ ਦੇ ਭੇਜੇ ਨੇ ਜੀਵ ਸਾਰੇ, ਆਮ ਲੋਕਾਂ ਨੂੰ ਇਹ ਸਮਝਾ ਦਿੱਤਾ ਦੁਨੀਆਂ ਵਿੱਚ ਨਹੀਂ ਕੋਈ ਇਨਸਾਨ ਛੋਟਾ, ਊਚ ਨੀਚ ਦਾ ਫਰਕ ਮਿਟਾ ਦਿੱਤਾ ਦੁਨੀਆਂ ਵਿੱਚ ਨਹੀਂ ਕੋਈ ਇਨਸਾਨ ਛੋਟਾ, ਊਚ ਨੀਚ ਦਾ ਫਰਕ ਮਿਟਾ ਦਿੱਤਾ। ਤੇ ਭਾਈ ਲਾਲੋ ਦੇ ਜੀਵਨ ਤੋਂ ਸੇਧ ਲੈ ਕੇ ਆਪੋ ਆਪਣਾ ਜੀਵਨ ਬਣਾਓ, ਸਾਰੇ ਕਿਰਤ ਕਰਨੀ ਤੇ ਵੰਡ ਕੇ ਛਕ ਲੈਣਾ, ਕਿਰਤ ਕਰਨੀ ਤੇ ਵੰਡ ਕੇ ਛਕ ਲੈਣਾ, ਇਹ ਗੁਰਮਤ ਸਿਧਾਂਤ ਅਪਣਾਓ ਸਾਰੇ। ਵੱਡੀ ਖੋਰੀ ਤੇ ਰਿਸ਼ਵਤ ਤੋਂ ਦੂਰ ਰਹਿ ਕੇ ਸਾਫ ਸੁਥਰਾ ਇਹ ਜੀਵਨ ਬਿਤਾਓ ਸਾਰੇ, ਤੇ ਉਹਨਾਂ ਵਾਂਗ ਹੀ ਜੀਵਨ ਬਣਾ ਜਾਚਕ ਭਾਈ ਲਾਲੋ ਦੀ ਯਾਦ ਮਨਾਓ ਸਾਰੇ, ਉਹਨਾਂ ਵਾਂਗ ਹੀ ਜੀਵਨ ਬਣਾ ਜਾਚਕ ਭਾਈ ਲਾਲੋ ਦੀ ਯਾਦ ਮਨਾਓ ਸਾਰੇ, ਭਾਈ ਲਾਲੋ ਦੀ ਯਾਦ ਮਨਾਓ ਸਾਰੇ, ਭਾਈ ਲਾਲੋ ਦੀ ਯਾਦ ਮਨਾਓ ਸਾਰੇ।